ਪੂਰੇ ਜੱਗ ਵਿੱਚ ਵੱਸਦੇ ਪੰਜਾਬੀ ਪਿਆਰਿਓ, ਹੁਣ ਅਸੀਂ ਤੁਹਾਡੇ ਨਾਲ ਅੱਜ ਗੱਲ ਕਰਨ ਲੱਗੇ ਹਾਂ ਕੇਲਾ ਜੱਟ ਕਬੀਲੇ ਦੇ ਬਾਰੇ 'ਚ। ਕੇਲਾ ਜਿਸ ਤਰ੍ਹਾਂ ਫਲ ਵੀ ਹੈ ਖਾਣ ਵਾਲਾ, ਅਤੇ ਕੇਲਾ ਜੱਟਾਂ ਦਾ ਇੱਕ ਕਬੀਲਾ ਵੀ ਹੈ। ਕੇਲਾ ਸੂਰਜਵੰਸ਼ੀ ਜੱਟਾਂ ਵਿੱਚੋਂ ਹਜ਼ਾਰਾਂ ਸਾਲ ਪੁਰਾਣਾ ਨਾਮੀ ਗ੍ਰਾਮੀ ਕਬੀਲਾ ਹੈ। ਕੇਲਾ ਪੁੱਤਰ ਸੀ ਗੇਲਾ ਦਾ, ਅਤੇ ਪੋਤਰਾ ਸੀ ਪਨਾਇਚ ਦਾ, ਅਤੇ ਪੜਪੋਤਾ ਸੀ ਨਾਇਚ ਦਾ। ਇਹ ਕਬੀਲਾ ਪੂਰੇ ਸਿੰਧ ਵਲਾਇਤ ਆਰੀਆ ਜੱਟ ਦੇਸ਼, ਜਿਹਨੂੰ ਜਿਹਦਾ ਪੁਰਾਣਾ ਨਾਂ ਜਾਟਕਸਤਾਨ ਹੈ, ਇਹ ਥਾਂ ਥਾਂ ਵਸਿਆ ਹੋਇਆ, ਅਤੇ ਚੋਖੇ ਹਿੰਦੂ ਧਰਮੀ ਨੇ ਅਤੇ ਮੁਸਲਮਾਨ ਘੱਟ ਨੇ। ਇਹਨਾਂ ਵਿੱਚੋਂ ਹੈਦਰਾਬਾਦ 'ਚੋਂ ਮਹੇਸ਼ ਕੇਲਾ DC ਰਹੇ ਨੇ, ਅਤੇ ਡਾਕਟਰ ਰੋਨੀਰ ਕੇਲਾ MS ਨੇ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਜ਼ਕਰੇ ਅੰਦਰ ਕੇਲਾ ਜੱਟ ਕਬੀਲੇ ਦਾ ਅਹਿਵਾਲ ਮਿਲਦਾ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ED ਮੈਕਲੇਗਨ ਅਤੇ HA ਰੋਜ਼ ਹੋਰਾਂ ਕੇਲੇ ਦੇ ਸਰਨਾਵੇ ਹੇਠ ਲਿਖਿਆ, ਅੰਮ੍ਰਿਤਸਰ ਵਿੱਚ ਵਾਹੀਵਾਨ ਜੱਟ ਕਬੀਲ ਚਾ। ਆਓ ਫਿਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕੇਲਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਜੋ ਮੀਰਪੁਰ ਮਥੇਲਾ ਸਿੰਧ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਹੋਰਾਂ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ ਵਿੱਚ ਸ਼ਿਵ ਸ਼ੰਕਰ ਜਾਂ ਮਹਾਦੇਵ ਆਖਿਆ ਗਿਆ, ਤੋਂ ਚੋਖਾ ਗੇਰੇ ਜਾ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿ ਸਲਾਮ ਦਾ। ਹਜ਼ਰਤ ਨੂਹ ਅਲੈਹਿ ਸਲਾਮ ਨੂੰ ਦੂਸਰਾ ਮਨੂ ਆਖਿਆ ਗਿਆ, ਔਰ ਉਹਨਾਂ ਦੀ 270 ਗਜ਼ ਕਬਰ ਮੰਡਾ ਗੁਜਰਾਤ ਕਾਠੀਆਵਾੜ ਵਿੱਚ, ਅਤੇ ਉਸ ਜੂਹ ਵਿੱਚ ਉਹਨਾਂ ਨੂੰ ਮਨੂ ਮਹਾਰਾਸ਼ਟਰ ਯਾਨੀ ਵੱਡੇ ਬੇੜੇ ਵਾਲਾ ਮਨੂ ਆਖਿਆ ਜਾਂਦਾ। ਹਜ਼ਰਤ ਨੂਹ ਅਲੈਹਿ ਸਲਾਮ ਦੀਆਂ 2 ਸਵਾਣੀਆਂ ਵਿੱਚੋਂ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਜਿਹੜੀ ਬੀਵੀ ਸੀ ਉਹਦਾ ਨਾਂ ਸਨਹਾ ਸੀ। ਉਹਦੇ ਜੋ 3 ਪੁੱਤਰ ਹੋਏ ਸਾਮ, ਹਾਮ ਅਤੇ ਯਾਫਸ। ਯਾਫਸ ਨੂੰ ਹਿੰਦੀ ਵਿੱਚ ਮਹੇਸ਼ ਆਖਿਆ ਗਿਆ, ਅਤੇ ਉਹਨਾਂ ਦੀ ਦੂਸਰੀ ਜਿਹੜੀ ਜ਼ਾਲ ਸੀ ਵਾਇਲਾ, ਉਹਦੇ ਘਰ 4 ਪੁੱਤਰ ਹੋਏ ਕਨਾਨ, ਯਰਨ, ਹਰਹਰ ਅਤੇ ਅਜਮ। ਕਨਾਨ, ਯਰਨ ਅਤੇ ਹਰਹਰ ਅਤੇ ਅਜਮ ਅਤੇ 5ਵੀਂ ਉਹਨਾਂ ਦੀ ਮਾਂ। ਇਹ 5 ਹੀ ਹਜ਼ਰਤ ਨੂਹ ਅਲੈਹਿ ਸਲਾਮ ਦੇ ਗੁਸਤਾਖ ਸਨ, ਬੇਅਦਬ ਸਨ। ਉਹਨਾਂ ਦੇ ਆਖੇ ਲੱਗ ਕੇ ਤੂਫਾਨੇ ਨੂਹ ਦੇ ਵੇਲੇ ਉਹਨਾਂ ਦੇ ਵਿਹੜੇ 'ਚ ਨਾ ਬੈਠੇ, ਅਤੇ ਸਿੱਟਾ ਇਹ ਨਿਕਲਿਆ ਕਿ ਇਹ ਜਦੋਂ ਤੂਫਾਨ ਆਇਆ ਉਹਦੇ ਵਿੱਚ ਡੁੱਬ ਕੇ ਮਰ ਗਿਆ ਅਤੇ ਬੇਨਿਸ਼ਾਨ ਹੋ ਗਏ। ਮੁੜ ਕੇ ਹਜ਼ਰਤ ਨੂਹ ਅਲੈਹਿ ਸਲਾਮ ਦੇ ਪਹਿਲੇ 3 ਪੁੱਤਰਾਂ ਦੀ ਔਲਾਦ ਅੱਗੇ ਵਧੀ। ਸਾਮ ਦੀ ਔਲਾਦ ਸਾਮੀ ਨਸਲ ਸਦਾਈ ਅਤੇ ਏਸ਼ੀਆ 'ਚ ਵੱਸ ਗਈ। ਹਾਮ ਦੀ ਔਲਾਦ ਜਿਹੜੀ ਹੈ ਅਫਰੀਕਾ 'ਚ ਚਲੀ ਗਈ, ਅਤੇ ਯਾਫਸ ਜਿਹਦਾ ਦੂਜਾ ਨਾਮ ਮਹੇਸ਼ ਵੀ ਹੈ, ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਵਸੀ। ਅੱਗੋਂ ਸਾਮ ਜਿਹੜਾ ਹੈ ਉਹਦੇ ਪੁੱਤਰ ਹੋਏ ਅਰਫਕਾ ਸਿੰਧ, ਜਿਹਨੂੰ ਸਿੰਧ ਵੀ ਕਿਹਾ ਗਿਆ, ਈਸ਼ਵਰ ਜਿਹਨੂੰ ਹਿੰਦ ਵੀ ਕਿਹਾ ਗਿਆ, ਆਰਾਮ ਜਿਹਦਾ ਨਾਂ ਆਰਮੀਨੀਆ ਜਿਹਦੇ ਨਾਂ ਤੋਂ ਮੁਲਕ ਪਿਆ, ਅਤੇ ਅਸਵਰ ਜਿਹਦੇ ਨਾਂ ਤੋਂ ਫਾਰਸ ਦਾ ਇਲਾਕਾ ਆਬਾਦ ਹੋਇਆ, ਅਤੇ ਲੂਦ ਜਿਹਦੇ ਨਾਂ ਤੋਂ ਰੋਮ ਆਬਾਦ ਹੋਇਆ, ਅਤੇ ਬਲਕਾਨ ਜਿਹਦੇ 2 ਪੁੱਤਰ ਖਰਾਸਾਨ ਅਤੇ ਸ਼ਾਮ ਹੋਏ, ਅਤੇ ਸਮਆਨ ਅਤੇ ਕਨਆਨ ਜਿਹਨੂੰ ਕੀ ਖਾਨ ਵੀ ਕਿਹਾ ਗਿਆ, ਅਤੇ ਲਾਵਰ ਅਤੇ ਈਲਾਮ। ਈਲਾਮ ਨੂੰ ਅਰਬਾਂ ਨੇ ਗੀਲਾਮ ਆਖਿਆ, ਅਤੇ ਮੂਰਚ। ਅੱਗੋਂ ਅਰਫਕਾ ਸਿੰਧ ਸਿੰਧ ਦੇ ਪੁੱਤਰ ਹੋਏ ਨੇ ਸੱਖਰ, ਭੱਖਰ, ਠੱਠਾ, ਹੋਲ, ਹਰਮੇਸ਼, ਅਮਰ। ਅਮਰ ਦੀ ਨਸਲੋਂ ਸਿਕੰਦਰ ਉਲ ਕੁਰਨੈਨ ਹੋਏ ਨੇ, ਜਿਨ੍ਹਾਂ ਦਾ ਕੁਰਾਨ 'ਚ ਜ਼ਿਕਰ ਹੈ। ਡਾਗਰ, ਇਹ ਗੈਰ ਆਰੀਆ ਨਸਲ ਦੱਸੀ ਜਾਂਦੀ ਹੈ। ਜਲੂਦਰ ਅਤੇ ਜਾਸ਼ਰ,
ਜਾਸ਼ਰ ਦੀ ਨਸਲੋਂ ਜਾਸ਼ਰ ਦਾ ਦੂਜਾ ਨਾਂ ਲੌਜ਼ਰ ਵੀ ਸੀ ਔਰ ਸਮੂਦ ਬਾਦਸ਼ਾਹ ਜਿਹੜਾ ਹੋਇਆ ਅਤੇ ਸਮਾਂ ਖਾਨਦਾਨ ਵੀ ਇਸੇ ਨਸਲੋਂ ਹੀ ਹੋਇਆ। ਅਗਲਾ ਪੁੱਤਰ ਗੁਜਰਾਤ ਸੀ ਜਿਹਦੇ ਤਿੰਨ ਪੁੱਤਰ ਹੋਏ, ਜੋਧ, ਬੀਕਾ ਅਤੇ ਜੈਸਲ, ਜਿਨ੍ਹਾਂ ਜੋਧਪੁਰ, ਬੀਕਾਨੇਰ ਅਤੇ ਜੈਸਲਮੀਰ ਵਸਾਏ। ਅਗਲਾ ਪੁੱਤਰ ਸੀ ਗਾਰਾ, ਜਿਹਦੇ ਹੜੱਪਾ ਵਸਾਇਆ। ਅਗਲਾ ਪੁੱਤਰ ਸੀ ਟੈਕਸਲਾ। ਅਗਲਾ ਸੀ ਹੰਡ, ਜਿਹਦੇ ਨਾਂ ਤੋਂ ਸੁਆਬੀ ਸ਼ਹਿਰ ਵਸਿਆ। ਅਗਲਾ ਆਸਾਮ ਅਤੇ ਅਗਲਾ ਤਾਮਲੀ, ਜਿਹਨੂੰ ਤਾਮਿਲ ਕੌਮ ਆਖਿਆ ਗਿਆ। ਅਗਲਾ ਮੂਲਾ, ਜਿਹਦੇ ਨਾਂ ਤੋਂ ਮੂਲਸਤਾਨ ਜਾਂ ਮੁਲਤਾਨ ਜਾਂ ਕਸ਼ੇਪੁਰਾ ਆਬਾਦ ਹੋਇਆ। ਅਗਲਾ ਮਿਜ਼ੋਰਾਮ ਅਤੇ ਅਗਲਾ ਮਕਰਾਨ, ਜਿਹਨੂੰ ਮਕਾਨ ਵੀ ਕਿਹਾ ਗਿਆ। ਅਗਲੇ ਪੁੱਤਰ ਦਾ ਨਾਂ ਕਰਮਾਨ ਸੀ, ਜਿਹੜਾ ਜਿਹਦੇ ਨਾਂ ਤੋਂ ਈਰਾਨ ਦੇ ਵਿੱਚ ਸੂਬਾ ਕਰਮਾਨ। ਅਗਲਾ ਪੁੱਤਰ ਹਨਵਾਦਰ ਸੀ, ਜਿਹਨੂੰ ਗਵਾਦਰ ਜਿਹਦਾ ਦੂਜਾ ਨਾਂ ਹੈ। ਅਗਲਾ ਪੁੱਤਰ ਕੀਕਾਨ ਸੀ, ਜਿਹਦੇ ਨਾਂ ਤੋਂ ਕਲਾਤ ਆਬਾਦ ਹੋਇਆ ਸ਼ਹਿਰ। ਅਗਲਾ ਖੁਸ਼ਦਾਰ ਅਤੇ ਅਗਲਾ ਸੀਸ ਸੀ, ਜਿਹਦੇ ਨਾਂ ਤੋਂ ਈਰਾਨ ਦਾ ਸੂਬਾ ਸੀਸਤਾਨ ਆਬਾਦ ਹੋਇਆ। ਅੱਗੋਂ ਇਹਨਾਂ ਵਿੱਚੋਂ ਮੂਲਾ ਦੇ ਪੁੱਤਰ ਹੋਏ ਆਸਟੂਬਰ, ਸਰਵਾਈ ਅਤੇ ਇਰਮ, ਅਤੇ ਅੱਗੋਂ ਇਰਮ ਦਾ ਪੁੱਤਰ ਹੋਇਆ ਊਜ਼, ਅਤੇ ਊਜ਼ ਦਾ ਪੁੱਤਰ ਫਿਰ ਇਰਮ ਹੋਇਆ। ਇਸ ਇਰਮ ਦਾ ਨਾਂ ਸਾਗਤ ਵੀ ਸੀ, ਅਤੇ ਅੱਗੋਂ ਇਸ ਇਰਮ ਦਾ ਪੁੱਤਰ ਹੋਇਆ ਆਦ, ਜਿਹਦਾ ਦੂਜਾ ਨਾਂ ਮੋਹਨ ਵੀ ਸੀ। ਮੋਹਨ ਜੋ ਦੜੋ ਜਾਂ ਮੋਹਨ ਦਾ ਦੜਾ ਜਾਂ ਰਿਨੀ ਕੋਟ ਜਾਂ ਮੋਹਨ ਕੋਟ, ਜਿਹੜੇ ਕਿਲ੍ਹਾ ਅਤੇ ਉਹ ਜਿਹੜਾ ਸਾਰੇ ਕਦੀਮੇ ਮੋਹਨ ਜੋ ਦੜੋ, ਉਹ ਉਸੇ ਦੇ ਨਾਂ 'ਤੇ ਆ। ਅੱਗੋਂ ਇਹਦੇ ਯਾਨੀ ਆਦ ਦੇ ਪੁੱਤਰ ਹੋਏ ਨੇ ਜਲੂਦ ਅਤੇ ਸਹਿਰੇਬ। ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਦਾ ਖਾਨਦਾਨ ਹੋਇਆ। ਅਗਲਾ ਪੁੱਤਰ ਸੀ ਪੱਤਣ, ਅਗਲਾ ਕਾਹੋ, ਅਗਲਾ ਪੁੱਤਰ ਜੁੱਕਰ, ਅਗਲਾ ਡੀ ਜੀ, ਅਗਲਾ ਅਰੋੜ, ਅਗਲਾ ਦੁਹਾਗਾ, ਅਗਲਾ ਰੋੜਕਾ, ਅਗਲਾ ਪੁੱਤਰ ਟੈਕਸਲਾ, ਅਗਲਾ ਹਰੀ ਪੋਪੀਆ, ਅਗਲਾ ਪੁੱਤਰ ਤਲੂੰਜਾ, ਅਗਲਾ ਡਾਗਾ, ਅਗਲਾ ਸ਼ਦਾਦ, ਜਿਹੜਾ ਸ਼ਦਾਦ ਬਾਦਸ਼ਾਹ ਹੋਇਆ ਜੰਨਤ ਦੋਜ਼ਖ ਜਿਹਨੇ ਬਣਾਈ ਸੀ, ਅਗਲਾ ਸ਼ਦੀਦ ਅਤੇ ਅਗਲਾ ਬਾਲਾ, ਜਿਹਦੇ ਨਾਂ ਤੋਂ ਬਾਲਾਕੋਟ ਦੇ ਕਿਲ੍ਹੇ ਨੇ, ਅਗਲਾ ਮੇਹਰ, ਜਿਹਦੇ ਨਾਂ ਤੋਂ ਬਲੋਚਿਸਤਾਨ 'ਚ ਮੇਹਰਗੜ੍ਹ ਦਾ ਕਿਲ੍ਹਾ, ਅਤੇ ਅਗਲੇ ਪੁੱਤਰ ਦਾ ਨਾਂ ਸੁਹਾਗਾ ਸੀ। ਅੱਗੋਂ ਜਲੂਦ ਦੇ ਪੁੱਤਰ ਹੋਏ, ਇਹਨਾਂ ਦੇ ਵਿੱਚੋਂ ਜਿਹੜਾ ਜਲੂਦ ਸੀ ਨਾ, ਉਹਦੇ ਪੁੱਤਰ ਹੋਏ ਨੇ ਬਾ, ਅਰਨੰਦ, ਛੱਲਾ, ਅੰਬਰ, ਬ੍ਰਹਮਾ, ਸੁਹਾਗਾ ਅਤੇ ਮੋਢਾ। ਅੱਗੋਂ ਇਹਨਾਂ ਵਿੱਚੋਂ ਬਾ ਦੇ ਪੁੱਤਰ ਹੋਏ ਵਿਸ਼ਨੂੰ ਵੇ, ਸੁਰੰਭੂ, ਸ਼ੰਕਰ, ਚੇਤੂ, ਸੇਂਭੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹਿ ਸਲਾਮ ਸੀ, ਇਹ ਆਪਣੇ ਵਕਤ ਦੇ ਰਸੂਲ ਵੀ ਸਨ, ਅਤੇ ਪਿਛਾ ਰਾਮ ਵੀ ਇਹਨਾਂ ਦਾ ਹੀ ਨਾਂ ਸੀ। ਪਿਸ਼ਾਵਰ ਸ਼ਹਿਰ ਇਹਨਾਂ ਦੇ ਨਾਂ ਤੋਂ ਦੱਸਦੇ ਨੇ ਕਿ ਵਸਿਆ ਸੀ। ਅੱਗੋਂ ਜਿਹੜਾ ਹਜ਼ਰਤ ਹੂਦ ਅਲੈਹਿ ਸਲਾਮ ਜਾਂ ਗੋਰਖ ਦੇ ਪੁੱਤਰ ਹੋਏ ਨੇ ਅਰੜ, ਜਿਹਦੇ ਨਾਂ ਤੋਂ ਕਿਲ੍ਹਾ ਹਰੀੜ, ਦਾਦੂ ਦੇ ਵਿੱਚ 6 ਫੁੱਟ ਉੱਚਾ, ਗੱਬਰ, ਬੱਬਰ, ਤੰਦੂਰ, ਬਰਬਰਾ, ਹੇਮ ਅਤੇ ਬੇਮ। ਇਹਨਾਂ ਵਿੱਚੋਂ ਬਰਬਰਾ ਦੇ ਪੁੱਤਰ ਹੋਏ ਨੇ ਅਬਰੂ, ਅੱਬਰ ਅਤੇ ਅਬਰੀਨ। ਅਤੇ ਇਹਨਾਂ ਵਿੱਚੋਂ ਅੱਗੋਂ ਅਬਰੂ ਦੇ ਪੁੱਤਰ ਹੋਏ ਨੇ ਕੈਤਾਨ, ਸੋਮ, ਮਹਿਲਾ, ਅਗਨੀ, ਸੂਈ, ਨਿਰਸਲ, ਸੱਲਾ, ਭੂਮੀ, ਮੰਦਰ, ਮਹਾਨ, ਸਰੂਸ, ਅਰਨੰਦ ਅਤੇ ਯਾਕੂਬ। ਅੱਗੋਂ ਇਹਨਾਂ ਵਿੱਚੋਂ ਕੈਤਾਨ ਜਿਹੜਾ, ਉਹਦੇ ਪੁੱਤਰ ਹੋਏ ਨੇ ਯਕਤਾਨ, ਫਲਜ, ਸਲਜ ਅਤੇ ਯਾਰਬ। ਇਹ ਫਲਜ, ਸਲਜ ਅਤੇ ਯਾਰਬ ਜਿਹੜੇ ਨੇ ਯਮਨ ਚਲੇ ਗਏ, ਇਹਨਾਂ ਸਬਾਹ ਦਾ ਮੁਲਕ ਵਸਾਇਆ। ਔਰ ਮਲਕਾ ਬਲਕੀਸ, ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਦੇ ਨਾਲ, ਉਹ ਇਸੇ ਖਾਨਦਾਨ 'ਚੋਂ ਸੀ। ਇਹਨਾਂ ਵਿੱਚੋਂ ਯਕਤਾਨ ਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ, ਅਤੇ ਸ਼ਾਹਰੁਖ ਮੰਬੇ ਦੇ ਪੁੱਤਰ ਹੋਏ ਨੇ, ਉਹਨਾਂ ਦਾ ਨਾਂ ਸੀ ਹਜ਼ਰਤ ਨਾਹੋਰ। ਇਹਨਾਂ ਦਾ ਦੂਜਾ ਨਾਂ ਸੀ ਹਜ਼ਰਤ ਅਯੂਬ ਅਲੈਹਿ ਸਲਾਮ ਅਵਲ, ਜਿਹੜੇ ਹਜ਼ਰਤ ਮੁਲਤਾਨ ਦੇ ਵਿੱਚ ਬੂਹਰ ਗੇਟ ਦੇ ਅੰਦਰ ਵਾਰ ਉਹਨਾਂ ਦੀ ਕਬਰ ਹੈ।
ਮੁਲਤਾਨ ਦੇ ਬਾਦਸ਼ਾਹ ਵੀ ਸਨ ਅਤੇ ਮੁਲਤਾਨ ਦੇ ਵਿੱਚ ਰਸੂਲ ਵੀ ਸਨ ਔਰ ਇਹਨਾਂ 'ਤੇ ਸਹੀਫੇ ਵੀ ਹਜ਼ਰਤ ਅਯੂਬ ਅਲੈਹਿ ਸਲਾਮ 'ਤੇ ਉਤਰੇ ਸਨ। ਇਹਨਾਂ ਦੇ ਪੁੱਤਰ ਹੋਏ ਨੇ ਸ਼ਬਰ, ਬਸ਼ਰ, ਸ਼ਬੀਰ, ਬਸ਼ੀਰ, ਖਾਰਾਨ। ਇਹ ਖਾਰਾਨ ਜਿਹੜੇ ਨੇ ਅਮਾ ਸਾਇਰਾ ਦੇ ਵਾਲਦ ਸਨ ਅਤੇ ਤਾਰਖ ਅਤੇ ਆਜ਼ਰ। ਇਹਨਾਂ ਦੇ ਵਿੱਚੋਂ ਤਾਰਖ ਦੇ ਪੁੱਤਰ ਹੋਏ ਹਜ਼ਰਤ ਇਬਰਾਹੀਮ ਅਲੈਹਿ ਸਲਾਮ, ਫਾਊਰ, ਨਾਹੂਰ ਅਤੇ ਹਾਰਾਨ। ਅੱਗੋਂ ਇਹਨਾਂ ਵਿੱਚੋਂ ਫਾਊਰ ਜਿਹੜੇ ਨੇ ਹਕੀਮ ਲੁਕਮਾਨ ਦੇ ਵਾਲਦ ਸਨ, ਹਾਰਾਨ ਜਿਹੜੇ ਨੇ ਹਜ਼ਰਤ ਲੂਤ ਅਲੈਹਿ ਸਲਾਮ ਦੇ ਵਾਲਦ ਸਨ। ਨਾਹੂਰ ਦੇ ਦੋ ਪੁੱਤਰ ਇਹਨਾਂ 'ਚ ਹੋਏ ਲਾਬਾਨ ਅਤੇ ਨੀਟੂਏਲ, ਅਤੇ ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ ਜਿਹੜੀਆਂ ਹਜ਼ਰਤ ਯਾਕੂਬ ਅਲੈਹਿ ਸਲਾਮ ਨਾਲ ਪਰਨੀਜੀਆਂ, ਅਤੇ ਨੀਟੂਏਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਸਾਕ ਨਾਲ ਵਹੀ ਜੀ, ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਅਲੈਹਿ ਸਲਾਮ ਹੋਏ। ਇਹਨਾਂ ਵਿੱਚੋਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀਆਂ ਚੌਂ ਸਵਾਣੀਆਂ 'ਚੋਂ ਮਤਲਬ 13 ਪੁੱਤਰ ਅਤੇ ਦੋ ਧੀਆਂ ਹੋਈਆਂ, ਅਤੇ ਉਹਨਾਂ ਦੇ ਵਿੱਚੋਂ ਹਜ਼ਰਤ ਸਾਇਰਾ ਜਿਹੜੀ ਪਹਿਲੀ ਬੀਵੀ ਸਨ ਉਹਨਾਂ ਦੀ ਕੁੱਖੋਂ ਹਜ਼ਰਤ ਇਸਹਾਕ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ ਚੰਗਰ ਸੀ ਭਗਵਾਨ ਆਖਿਆ ਗਿਆ, ਉਹ ਹੋਏ। ਦੂਸਰੀ ਬੀਵੀ ਹਾਜਰਾ ਦੀ ਕੁੱਖੋਂ ਹਜ਼ਰਤ ਇਸਮਾਈਲ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ ਚਥਰੂ ਭਗਵਾਨ ਆਖਿਆ ਗਿਆ, ਉਹ ਹੋਏ। ਤੀਸਰੀ ਜਿਹੜੀ ਉਹਨਾਂ ਦੀ ਤ੍ਰੀਮਤ ਸੀ ਉਹਦਾ ਨਾਂ ਸੀ ਕਤੂਰਾ, ਉਹਦੇ ਵਿੱਚੋਂ 6 ਪੁੱਤਰ ਅਤੇ 1 ਧੀ ਲਾਲੀਬਾਈ ਹੋਈ, ਅਤੇ ਚੌਥੀ ਜ਼ਾਲ ਉਹਨਾਂ ਦੀ ਹਾਜੀਆਂ ਸੀ, ਉਹਦੇ ਵਿੱਚੋਂ 5 ਪੁੱਤਰ ਅਤੇ 1 ਧੀ ਲਬੂਦਾਬਾਈ ਹੋਈ। ਅੱਗੋਂ ਹਜ਼ਰਤ ਇਸਮਾਈਲ ਅਲੈਹਿ ਸਲਾਮ ਜਿਹੜੇ ਸਨ, ਜਿਨ੍ਹਾਂ ਨੂੰ ਅਥਰੂ ਭਗਵਾਨ ਹਿੰਦੀ 'ਚ ਆਖਿਆ ਗਿਆ, ਉਹਨਾਂ ਦੀਆਂ 3 ਸੁਹਾਣੀਆਂ 'ਚੋਂ ਔਲਾਦ ਬਸ ਮਜ਼ਾਗ ਨਾਂ ਦੀ ਸੁਹਾਣੀ ਵੱਲ ਹੋਈ, ਅਤੇ ਉਸ 'ਚੋਂ ਪੁੱਤਰ ਹੋਏ ਨਿਆਬੂਦ, ਜਿਹਨੂੰ ਕਿਰਨ ਵੀ ਕਿਹਾ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦ ਸਨ, ਉਮੇਲ ਅਤੇ ਪਾਮੇਲ ਅਸਹਾਬੇ ਰਾਸ ਇਹਨਾਂ ਨੂੰ ਕਿਹਾ ਗਿਆ, ਰੋਹਾ, ਹਿਰਾ, ਯਤੂਰ, ਤੀਮਾ ਅਤੇ ਨਾਫਸ, ਅਤੇ 1 ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਅਲੈਹਿ ਸਲਾਮ ਦੇ ਪੁੱਤਰ ਐਸੂ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਸਲਾਤੀਨ ਰੋਮ ਦਾ ਮੋਢੀ ਰੋਮ ਪੈਦਾ ਹੋਇਆ। ਅੱਗੋਂ ਨਿਆਬੂਦ ਜਿਹੜਾ ਕਿਰਨ ਸੀ ਇਹਨਾਂ ਦਾ ਪੁੱਤਰ ਹੋਇਆ ਉੱਤਰੀ। ਉੱਤਰੀ ਦਾ ਦੂਜਾ ਨਾਂ ਆਰਚੀ ਵੀ ਸੀ, ਸ਼ਮਾਇਲ ਵੀ ਸੀ, ਨਾਰਾਇਣ ਵੀ ਸੀ, ਤਿੱਬਤ ਵੀ ਸੀ, ਨਿੱਬਤ ਵੀ ਸੀ। ਇਹ ਪਰਤ ਕੇ ਸਿੰਧ ਵਲਾਏ ਤਾਰੀਆ ਜੱਟ ਦੇਸ਼ ਜਾਟਕਸਤਾਨ 'ਚ ਆ ਗਏ, ਅਤੇ ਅੱਗੋਂ ਇਹਨਾਂ ਦੇ ਪੁੱਤਰ ਹੋਏ ਨੇ ਈਲਾ ਅਤੇ ਅਰਮਾ ਅਤੇ ਅਰੂਦ ਅਤੇ ਨਰੀ ਅਤੇ ਵਰੂਨ। ਇਹ ਨਰੀ ਜਿਹੜਾ ਸੂਰਜਵੰਸ਼ੀ ਜੱਟਾਂ ਦਾ ਮੋਢੀ ਸੀ, ਅਤੇ ਵਰੂਨ ਜਿਹੜਾ ਸੀ ਉਹਦੀ ਨਸਲੋਂ ਜਮ ਗਦਨੀ ਅਤੇ ਪਰਸ਼ੁਰਾਮ, ਹਿੰਦੂਆਂ ਦਾ 6ਵਾਂ ਅਵਤਾਰ ਜਿਹੜੇ ਹੋਏ ਨੇ ਉਹ ਹੋਏ। ਅਤੇ ਅਗਲਾ ਸੀ ਸਮੁੰਦਰਮਾਨ, ਸਮੁੰਦਰਮਾਨ ਦੀ ਨਸਲੋਂ ਚੰਦਰਮਾਨ ਹੋਇਆ, ਜਿਹੜਾ ਚੰਦਰਵੰਸ਼ੀ ਜੱਟਾਂ ਦਾ ਜਿਹੜਾ ਭੱਟੀਆਂ ਦਾ ਕਬੀਲਾ ਹੈ ਉਹਦੀ ਸ਼ਾਖ ਟੁਰੀ। ਅੱਗੋਂ ਨਰੀ ਦੇ ਪੁੱਤਰ ਹੋਏ ਸੂਰਜ, ਅਤੇ ਸੂਰਜ ਦਾ ਪੁੱਤਰ ਹੋਇਆ ਕਸ਼ੇਪ, ਕਸ਼ੇਪ ਦਾ ਪੁੱਤਰ ਹੋਇਆ ਕਿਰਨ, ਕਿਰਨ ਦਾ ਪੁੱਤਰ ਹੋਇਆ ਕਸ਼ੇਪ, ਅਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ, ਦਿਓਲ ਦੇ ਦੋ ਪੁੱਤਰ ਹੋਏ ਨੇ ਮਨੂ ਅਤੇ ਵੱਛਾ। ਮਨੂ ਦੀ ਨਸਲੋਂ ਮਹਾਰਾਜ ਰਾਮ ਚੰਦਰ ਜੀ ਮਹਾਰਾਜ ਹੋਏ ਨੇ, ਅਤੇ ਵੱਛਾ ਜਿਹੜਾ ਪਹਿਲਾ ਸੂਰਜਵੰਸ਼ੀ ਜੱਟ ਮਹਾਰਾਜਾ ਹੋਏ ਨੇ। ਅੱਗੋਂ ਵੱਛੇ ਦਾ ਪੁੱਤਰ ਕਛਵਾ, ਇਹ ਪਹਿਲੇ ਸੂਰਜਵੰਸ਼ੀ ਅਵਤਾਰ ਹੋਏ ਨੇ, ਅਤੇ ਅੱਗੋਂ ਇਹਨਾਂ ਦਾ ਬੇਟਾ ਹੋਇਆ ਬੁੱਧਪਾਲ, ਅਤੇ ਬੁੱਧਪਾਲ ਦਾ ਸ਼ਸ਼ਪਾਲ, ਸ਼ਸ਼ਪਾਲ ਦਾ ਹਮਸਾ ਚਾਲਕ, ਹਮਸਾ ਚਾਲਕ ਦਾ ਪੁੱਤਰ ਆਦੂ ਚਾਲਕ, ਆਦੂ ਚਾਲਕ ਦਾ ਪੁੱਤਰ ਨਿਰਮਲ ਚਾਲਕ, ਨਿਰਮਲ ਚਾਲਕ ਦਾ ਪੁੱਤਰ ਨਰਾਸ਼ਨਸ ਚਾਲਕ, ਨਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ,
ਮਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ, ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ, ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅੰਮ੍ਰਿਤ ਚਾਲਕ ਦਾ ਪੁੱਤਰ ਗੇ ਗਿਆਨ ਚਾਲਕ, ਗਿਆਨ ਚਾਲਕ ਦਾ ਪੁੱਤਰ ਅਮਰ ਮੱਲ, ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ, ਹਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ, ਜ਼ਬਰ ਮੱਲ ਦਾ ਪੁੱਤਰ ਹੰਸਾ ਰਾਜ, ਅਤੇ ਹੰਸਾ ਰਾਜ ਦਾ ਪੁੱਤਰ ਭੋਜ ਰਾਜ, ਭੋਜ ਰਾਜ ਦਾ ਪੁੱਤਰ ਸੂਰਜਮੁਖੀ ਰਾਜ, ਅਤੇ ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ, ਅਤੇ ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸਿੰਘ ਸੀਨ, ਗਵਾ ਸਿੰਘ ਸੀਨ ਦਾ ਪੁੱਤਰ ਬਾਲਦਾ ਸੀਨ, ਅਤੇ ਬਾਲਦਾ ਸੀਨ ਦਾ ਪੁੱਤਰ ਦੂਰਦੇਸ਼ੀ ਰਾਜ, ਦੂਰਦੇਸ਼ੀ ਰਾਜ ਦਾ ਪੁੱਤਰ ਹੰਸਾ ਸੀਨ, ਹੰਸਾ ਸੀਨ ਦਾ ਪੁੱਤਰ ਮੂਲ ਰਾਜ, ਅਤੇ ਮੂਲ ਰਾਜ ਦਾ ਪੁੱਤਰ ਹੋਇਆ ਚਾਲਕ ਰਾਜ, ਚਾਲਕ ਰਾਜ ਦਾ ਪੁੱਤਰ ਸੋਤਰਕ ਰਾਜ, ਅਤੇ ਸੋਤਰਕ ਰਾਜ ਦਾ ਪੁੱਤਰ ਸਰੋਇਆ ਰਾਜ, ਅਤੇ ਸਰੋਏ ਦਾ ਪੁੱਤਰ ਹੋਇਆ ਮਲਰਾ ਮੱਲੀ, ਅਤੇ ਮਲਰਾ ਮੱਲੀ ਦਾ ਪੁੱਤਰ ਹੋਇਆ ਨਾਇਚ, ਅਤੇ ਨਾਇਚ ਦਾ ਪੁੱਤਰ ਹੋਇਆ ਪਨਾਇਚ, ਅਤੇ ਪਨਾਇਚ ਦੇ ਪੁੱਤਰ ਹੋਏ ਨੇ ਗੇਲਾ ਅਤੇ ਰੱਤਾ ਅਤੇ ਅਤਵਲ ਅਤੇ ਟੋਤਰਾ ਅਤੇ ਚੌਹਾਨ ਅਤੇ ਗੰਗ, ਅਤੇ ਅੱਗੋਂ ਗੇਲਾ ਦਾ ਪੁੱਤਰ ਹੋਇਆ ਕੇਲਾ ਅਤੇ ਗੰਜਿਆਲ, ਅਤੇ ਪੰਨ ਅਤੇ ਪੁੰਨ ਅਤੇ ਪੰਨ ਅਤੇ ਲੱਤੀ ਅਤੇ ਪੰਨੜਾ, ਇਹ ਪੰਨੜਾ ਸਮਿਆਂ ਵਿੱਚ ਵੀ ਹੈ। ਅੱਗੋਂ ਕੇਲਾ ਦੇ ਪੁੱਤਰ ਹੋਏ ਨੇ ਕੇਲੂ, ਕੇਲਾਨ ਅਤੇ ਕੱਕੇ ਅਤੇ ਕੇਸਰ। ਤੋਂ ਪਿਆਰਿਓ, ਇਹ ਸੀ ਕੇਲਾ ਜੱਟ ਕਬੀਲੇ ਦਾ ਅਹਿਵਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ।